ਕਹਿੰਦੇ ਹਨ ਕਿ ਕਿਸੇ ਵਿਅਕਤੀ ਤੇ ਸੱਤਾ ਦਾ ਨਸ਼ਾ ਹੋ ਜਾਵੇ ਤਾਂ ਉਹ ਬੇਖੌਫ ਹੋ ਜਾਂਦਾ ਹੈ ਤੇ ਇਹ ਵੀ ਨਹੀਂ ਦੇਖਦਾ ਕਿ ਉਹ ਕੀ ਕਰ ਰਿਹਾ ਹੈ, ਕੀ ਸਹੀ ਹੈ ਜਾਂ ਕੀ ਗਲਤ। ਕੁਝ ਇਸ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਵਿਖੇ, ਜਿੱਥੇ ਕਿ ਨਗਰ ਨਿਗਮ ਵਿਖੇ ਕੁਝ ਨੌਜਵਾਨ ਗੱਡੀ ਵਿੱਚ ਉੱਚੀ ਆਵਾਜ਼ ਵਿੱਚ ਗਾਣੇ ਲਗਾ ਕੇ ਗੱਡੀ ਤੇ ਚੜ੍ਹ ਕੇ ਭੰਗੜਾ ਪਾ ਰਹੇ ਹਨ ਅਤੇ ਇਹਨਾਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਵਾਰਡ ਨੰਬਰ 40 ਤੋਂ ਆਮ ਆਦਮੀ ਪਾਰਟੀ ਦਾ ਕੌਂਸਲਰ ਅਨਮੋਲ ਜੈਨ ਹੈ। ਹਾਲਾਂਕਿ ਉਸ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ, ਪਰ ਜਦੋਂ ਉਕਤ ਕੌਂਸਲਰ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਿਗਮ ਆਪਣਾ ਹੀ ਹੈ ਅਤੇ ਇਸ ਸਭ ਨੂੰ ਜ਼ਿੰਦਗੀ ਦਾ ਮਨੋਰੰਜਨ ਦੱਸਿਆ। ਅਨਮੋਲ ਜੀ, ਆਪਾਂ ਕਿਹੜੀ ਪਾਰਟੀ ਤੋਂ ਔਰ ਕਿਹੜੇ ਨੰਬਰ ਵਾਰਡ 'ਚੋਂ? ਆਪਾਂ ਜੀ ਆਮ ਆਦਮੀ ਪਾਰਟੀ ਤੋਂ ਹਾਂ ਜੀ, ਵਾਰਡ ਨੰਬਰ 40 ਤੋਂ ਜੀ। ਹਾਂਜੀ, ਬਸ ਇੰਜੋਏ ਕਰਨ ਗਏ ਸੀਗੇ। ਅੱਜ ਇੱਕ ਵੀਡੀਓ ਤੁਹਾਡੀ ਵਾਇਰਲ ਹੁੰਦੀ ਪਈ ਆ, ਨਗਰ ਨਿਗਮ ਦੇ ਦਾਇਰੇ ਦੇ ਅੰਦਰ ਗੱਡੀ ਦੇ ਉੱਤੇ ਚੜ੍ਹ ਕੇ ਨੱਚਦੇ ਆਂਦੀ। ਹਾਂਜੀ, ਕੀ ਉਹਦਾ? ਬਸ ਇੰਜੋਏ ਕਰਦੇ ਪਏਗੇ। ਅੱਛਾ ਜੀ, ਤਾਂ ਡਰਿੰਕ ਕਿਤੇ ਆਪਾਂ MC ਆ ਤੇ ਹੁਣ ਇੰਜੋਏ ਕਰਨਾ ਛੱਡ ਦਈਏ? ਨਹੀਂ ਨਹੀਂ, ਇੰਜੋਏ ਕਰਨਾ ਤੁਹਾਡਾ ਹੱਕ ਆ, ਹਰ ਬੰਦੇ ਦਾ ਹੱਕ ਆ। ਹਾਂਜੀ, ਪਰ ਨਗਰ ਨਿਗਮ ਦੇ ਤੇ ਫੇਰ ਕੀ ਹੋਇਆ, ਦਾਇਰੇ ਦੇ ਅੰਦਰ ਆਪਣਾ ਹੀ ਆ। ਅੱਛਾ, ਦਾਇਰੇ ਦੇ ਅੰਦਰ ਇਹ ਸਰਕਾਰੀ ਦਾਇਰਾ ਆ, ਉਹਦੇ ਵਿੱਚ ਇਦਾਂ ਦੀ ਗੱਲ ਸ਼ੋਭਾ ਦਿੰਦੀ ਆ? ਇਹ ਤਾਂ ਹੁਣ ਭਾਈ ਦੇਖੋ ਦੇਖੋ, ਸਾਨੂੰ ਪਤਾ ਨਹੀਂ ਆ ਸ਼ੋਭਾ ਦਿੰਦੀ ਕਿ ਨਹੀਂ ਦਿੰਦੀ ਆ। ਇਹਨੂੰ ਨਸ਼ਾ ਕਹਿ ਸਕਦੇ ਆ ਜਾਂ ਸੱਤਾ ਦਾ ਨਸ਼ਾ ਕਹਿ ਸਕਦੇ? ਨਸ਼ਾ ਭਾਜੀ ਦੇਖੋ, ਸੱਤਾ ਦਾ ਨਸ਼ਾ ਤਾਂ ਸਾਨੂੰ ਜ਼ਿੰਦਗੀ ਨਹੀਂ ਆ। 17,000 ਰੁਪਏ ਤਨਖਾਹ ਆਉਂਦੀ ਸਾਨੂੰ, 2,000 ਰੁਪਏ 4,000 ਰੁਪਏ ਆਪਣੀ ਜੇਬ 'ਚ ਪਾ ਕੇ ਖਰਚਦਾ ਵਾ। ਫਿਰ ਇਹਨੂੰ ਨਸ਼ਾ ਕਹਿ ਸਕਦੇ? ਕਹਦਾ ਸੱਤਾ ਦਾ ਨਸ਼ਾ? ਫਿਰ ਉੱਦਾਂ ਨਸ਼ਾ ਕਹਿ ਸਕਦੇ? ਸੱਤਾ ਦਾ ਨਸ਼ਾ ਤਾਂ ਹੈ ਹੀ ਨਹੀਂ ਗਾ। ਫਿਰ ਉੱਦਾਂ ਨਸ਼ਾ ਕਹਿ ਸਕਦੇ? ਹਾਂਜੀ, ਫਿਰ ਉੱਦਾਂ ਨਸ਼ਾ ਕਹਿ ਸਕਦੇ? ਉੱਦਾਂ ਨਸ਼ਾ ਕਿੱਦਾਂ? ਵੀ ਇੰਜੋਏ ਲਈ ਕੋਈ, ਫਿਰ ਕੋਈ ਨਸ਼ਾ ਕੀਤਾ ਸੀ ਜਿਹਦੇ ਵਿੱਚ ਇੱਦਾਂ ਮਸਤੀ ਕੀਤੀ? ਭਾਜੀ ਬੰਦਾ ਇਹ ਸੋਫੇ 'ਚ ਮਸਤੀ ਨਹੀਂ ਕਰ ਸਕਦਾ। ਅੱਛਾ, ਯਾਨੀ ਮਤਲਬ ਤੁਸੀਂ ਨਸ਼ੇ ਦੀ ਮਸਤੀ ਕਰਦਾ ਬੰਦਾ? ਤੁਸੀਂ ਮੇਰੀ ਗੱਲ ਸੁਣੋ ਜੀ, ਬੰਦਾ ਨਸ਼ੇ ਦੀ ਮਸਤੀ ਕਰਦਾ ਵਾ? ਤੁਸੀਂ ਸਰਕਾਰੀ ਦਾਇਰੇ ਦੇ ਅੰਦਰ ਇਹਨੂੰ ਜਨਰਲ ਸਰਕਾਰੀ ਦਾਇਰਾ 'ਚ ਭਾਜੀ ਛੱਡੋ, ਹੁਣ ਸਰਕਾਰੀ ਦਾਇਰਾ ਕਾਹਦਾ? ਨਗਰ ਨਿਗਮ ਇੱਕ ਸਰਕਾਰੀ ਦਾਇਰਾ ਨਹੀਂ ਹੈ? ਸਰਕਾਰੀ ਦਾਇਰਾ ਹੈਗਾ ਵਾ, ਪਰ ਹੁਣ ਆਪਾਂ ਆਪਣੀ ਜ਼ਿੰਦਗੀ ਛੱਡ ਦਈ ਆ। ਜ਼ਿੰਦਗੀ ਆਪਾਂ ਸਰਕਾਰੀ ਦਾਇਰੇ 'ਚ ਗੱਡੀ ਦੇ ਉੱਤੇ? ਨਹੀਂ ਨਹੀਂ, ਸਰਕਾਰੀ ਦਾਇਰਾ ਆਪਣੀ ਜਗ੍ਹਾ 'ਤੇ ਆ। ਅੱਛਾ ਜੀ, ਹੁਣ ਤੁਸੀਂ ਇਹ ਦੱਸੋ ਕਿ ਆਪਾਂ ਆਪਣੀ ਜ਼ਿੰਦਗੀ ਛੱਡ ਦਈਏ? ਉਹ ਤਾਂ ਚਲੋ ਮੈਂ ਪਰਸਨਲ ਲਾਈਫ MC ਬਣ ਕੇ ਮੈਂ ਤਾਂ ਬਹੁਤ ਵੱਡੀ ਗਲਤੀ ਕੀਤੀ ਆ। ਹਾਂਜੀ, ਹਾਂ ਤੁਸੀਂ ਗੱਲਾਂ ਕਰਦੇ। ਆਮ ਆਦਮੀ ਪਾਰਟੀ ਨੂੰ ਕੀ ਸਬਕ ਦੇਣਾ ਚਾਹੁੰਦੇ ਹੋ ਭਾਈ? ਆਮ ਆਦਮੀ ਪਾਰਟੀ ਨੇ, ਪਾਰਟੀ ਦੀ ਕੋਈ ਪਾਰਟੀ ਨਹੀਂ, ਸਾਰੀ ਪਾਰਟੀਆਂ ਇੱਕੋ ਜਗ੍ਹਾ ਵਾ। ਨਹੀਂ ਨਹੀਂ, ਮੈਂ ਤਾਂ MC ਬਣ ਕੇ ਗਲਤੀ ਕਰ ਰਹੀ ਆ। ਜਿਹੜੀ ਪਾਰਟੀ ਦੇ ਤੁਸੀਂ ਇਸ ਵੇਲੇ MC ਹੋ, ਉਹਨੂੰ ਕੀ ਕਹੋਗਾ ਅੱਗੇ ਤੋਂ MC ਨਾ ਬਣਾਓ? ਪਾਰਟੀ ਨੂੰ ਛੱਡੋ ਤੁਸੀਂ ਜੀ, ਪਾਰਟੀ ਦੀ ਕੋਈ ਗੱਲ ਹੀ ਨਹੀਂ ਆ। ਉਧਰ ਇਸ ਬਾਰੇ ਜਦੋਂ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਵੀ ਕੌਂਸਲਰ ਦਾ ਪੱਖ ਪੂਰਦੇ ਹੋਏ ਦਿਖਾਈ ਦਿੱਤੇ ਅਤੇ ਕਿਹਾ ਕਿ ਇਹ ਸਭ ਗਲਤ ਹੈ ਅਤੇ ਉਹ ਕੌਂਸਲਰ ਨੂੰ ਬੁਲਾ ਕੇ ਪੁੱਛਣਗੇ ਕਿ ਅਜਿਹਾ ਕਿਉਂ ਕੀਤਾ, ਪਰ ਮੇਅਰ ਸਾਹਿਬ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਇਸ ਸੰਬੰਧੀ ਕਾਰਵਾਈ ਕੀਤੀ ਜਾਵੇਗੀ। ਇਹੋ ਜਿਹੀ ਗੱਲ ਦਾ ਮੈਨੂੰ ਕੋਈ ਫੋਨ ਆਇਆ ਸੀਗਾ, ਬੜੀ ਜਿਹੜੀ ਠੀਕ ਨਹੀਂ ਹੈ ਅਗਰ ਉਹ ਇਸ ਤਰ੍ਹਾਂ ਕਰਦਾ, ਬੜੀ ਮਾੜੀ ਗੱਲ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮੇਰ ਸਾਹਿਬ, ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਤਾਂ ਉਹਨੇ ਕਿਹਾ ਵੀ ਇਹ ਸਾਡੀ ਜ਼ਿੰਦਗੀ ਦਾ ਇੰਜੋਏ ਆ ਔਰ ਨਗਰ ਨਿਗਮ ਵਿੱਚ ਇੱਦਾਂ ਦੀ ਕੋਈ ਚੀਜ਼ ਗਲਤ ਨਹੀਂ। ਨਹੀਂ, ਉਹਦਾ ਹੋ ਸਕਦਾ ਇਹਦੇ ਵਿੱਚ ਇਹ ਤਾਂ ਹੈ ਨਾ, ਉਹਦੇ ਸਿਰ ਵਿਚਾਰ ਹੋ ਸਕਦੇ ਆ, ਸਾਡੇ ਥੋੜ੍ਹੀ ਵਿਚਾਰ। ਮੇਰ ਸਾਹਿਬ, ਇਹਨੂੰ ਨਸ਼ਾ ਕਹਿ ਸਕਦੇ ਹੋ ਕੀਤਾ ਹੈ ਜਾਂ ਉਹਦੀ ਸੱਤਾ ਦਾ ਨਸ਼ਾ ਕਹਿ ਸਕਦੇ? ਕੋਈ ਉਹਨੂੰ ਸੱਤਾ ਦਾ ਨਸ਼ਾ ਨਹੀਂ ਹੈ। ਹਾਂ, ਉਹਦੀ ਕੋਈ ਆਪਣੀ ਗੱਲ ਹੋ ਸਕਦੀ ਹੈ। ਕੀ ਜੇ ਇੱਦਾਂ ਦੀ ਕੋਈ ਵੀਡੀਓ ਤੁਸੀਂ ਤੁਹਾਡੇ ਦੇਖਣ 'ਚ ਆਉਂਦੀ ਹੈ ਜਿਹੜੀ ਤੁਸੀਂ ਕਹਿੰਦੇ ਪਤਾ ਲੱਗੀ ਹੈ, ਤਾਂ ਐਕਸ਼ਨ ਲਿਆ ਜਾਊਗਾ ਕੋਈ? ਮੈਂ ਉਹਨੂੰ ਪਹਿਲਾਂ ਬੁਲਾਊਂਗਾ, ਉਹਨੂੰ ਪੁੱਛੂਗਾ ਵੀ ਦੱਸ ਕੀ ਗੱਲ ਹੈ, ਤੁਸੀਂ ਤਾਂ ਕਿਉਂ ਕਰਦਾ? ਹਾਂਜੀ, ਪਹਿਲਾਂ ਵਿਚਾਰ ਜਾਣੂਗਾ ਨਾ। ਹਾਂਜੀ, ਕੀ ਗੱਲ ਆ? ਫਿਰ ਫਿਰ ਜੇ ਮੰਨ ਲਓ ਜੇ ਕਿਤੇ ਨਾ ਕਿਤੇ ਉਹ ਦੋਸ਼ੀ ਸਾਬਤ ਹੁੰਦਾ, ਫਿਰ ਐਕਸ਼ਨ ਲਿਆ ਜਾਊਗਾ ਉਹਦੇ ਉੱਪਰ? ਬਕਾਇਦਾ ਆਪਾਂ ਉਹਦੀ ਪਹਿਲਾਂ ਛਾਣਬੀਣ ਕਰੂੰਗਾ ਨਾ ਵੀ ਤੂੰ ਕੀ ਗੱਲ ਹੈ, ਦੱਸ ਕੀ ਗੱਲ ਹੈ, ਕਿੱਦਾਂ ਕਿਉਂ ਕਰਦਾ।